ਪਾਕਿਸਤਾਨ ਦੇ ਨਾਲ ਲੱਗਦਾ ਪੁਲ ਹੈ, ਦਰਿਆ ਸਿੱਧਾ ਪਾਕਿਸਤਾਨ, ਜਿਹੜੇ ਆਪਾਂ ਰਾਜਗੜ੍ਹ ਬਾਜ਼ਾਰ ਚੋਂ ਖਰੀਦਦੇ ਹਾਂ, ਇੱਦਾਂ ਬਣਦੇ ਆ ਆ ਤਾਰਾਂ ਲੱਗੀਆਂ। ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਦੇਖ ਲਓ ਜੀ, ਦਰਿਆਈ ਏਰੀਆ। ਆ ਹੈਗਾ ਦਰਿਆ, ਪਹਿਲਾਂ ਬਹੁਤ ਜ਼ਿਆਦਾ ਖੁੱਲ੍ਹਾ ਹੁੰਦਾ ਸੀ ਉਹ, ਜਿੱਥੇ ਤੱਕ ਬੰਨ ਦੇਖ ਰਹੇ ਹੋ, ਇੱਧਰੋਂ ਵੀ ਕਾਫੀ ਦੂਰ ਤੱਕ ਵਗਦਾ ਸੀ ਅਤੇ ਹੁਣ ਇੰਨਾ ਕੁ ਰਹਿ ਗਿਆ ਦਰਿਆ। ਅਤੇ ਉੱਧਰ ਅੱਗੇ ਬਣ ਰਿਹਾ ਪੁਲ, ਅਤੇ ਆਹ ਵੈਸੇ ਇਹਨਾਂ ਨੇ ਕੱਚਾ ਪੁਲ ਬਣਾਇਆ ਇੱਕ ਵਾਰ ਲੱਕੜਾਂ ਦਾ, ਲੋਕਾਂ ਦੇ ਆਉਣ ਜਾਣ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਪੱਕਾ ਪੁਲ ਬਣ ਰਿਹਾ ਉੱਧਰ ਪੂਰਾ, ਬਾਕੀ ਇਹ ਆ ਗਏ ਆਪਾਂ ਦੇਖ ਲਓ ਚੰਗੀ ਤਰ੍ਹਾਂ, ਤਾਰਾਂ ਲੱਗੀਆਂ। ਬਾਰਡਰ ਏਰੀਆ, ਬਿਲਕੁਲ ਬਾਰਡਰ ਏਰੀਏ ਦੇ ਕੋਲ ਆ ਆਹ ਪਾਸਾ ਜਿਹੜਾ ਪਾਕਿਸਤਾਨ ਵਾਲਾ ਵਾ, ਦਰਿਆ ਸਿੱਧਾ ਪਾਕਿਸਤਾਨ ਨੂੰ ਜਾ ਰਿਹਾ, ਦੇਖੋ ਪਾਣੀ ਚੱਲ ਰਿਹਾ। ਦੇਖ ਲਓ ਬਾਰਡਰ ਏਰੀਆ ਪਾਕਿਸਤਾਨ ਦਾ, ਇੰਡੀਆ ਦਾ ਲਾਸਟ ਪਿੰਡ ਫਾਜ਼ਿਲਕਾ, ਪੰਜਾਬ ਦਾ ਲਾਸਟ ਪਿੰਡ, 3 ਨੰਬਰ ਉੱਥੇ ਖੜੇ ਆ ਇਸ ਟਾਈਮ। ਦੇਖੋ ਵਿਊ ਇੱਕ ਵਾਰ ਪੁਲ ਦਾ, ਪਾਕਿਸਤਾਨ ਦੇ ਨਾਲ ਲੱਗਦਾ ਪੁਲ ਹੈ। ਇਹ ਬਣਾਇਆ ਇੱਕ ਵਾਰ ਕੱਚਾ ਪੁਲ, ਆਰ ਪਾਰ ਕਰਨ ਨੂੰ ਫਿਰ ਪੱਕਾ ਪੁਲ ਵੀ ਉੱਧਰ ਬਣ ਰਿਹਾ। ਦੇਖੋ ਆਹ ਲੱਗੀ ਆ ਮੋਟਰ, ਅਤੇ ਇੱਧਰ ਲੱਗਿਆ ਇੰਜਣ, ਇੰਜਣ ਨਾਲ ਪਾਣੀ ਖਿੱਚਦੇ ਆ ਇਹ ਦਰਿਆ 'ਚੋਂ। ਦੇਖੋ ਆਹ ਪੈਪ ਪਾਇਆ ਹੋਇਆ ਵਾ, ਦਰਿਆ 'ਚੋਂ ਪਾਣੀ ਸਿੱਧਾ ਹੀ ਖੇਤਾਂ ਨੂੰ ਸਿੰਚਾਈ ਵਾਸਤੇ ਯੂਜ਼ ਕਰਦੇ ਆ। ਦੇਖੋ ਜੁਗਾੜ ਲਾਇਆ ਹੋਇਆ ਖੇਤਾਂ ਨੂੰ ਪਾਣੀ ਦਰਿਆ 'ਚੋਂ ਸਿੱਧਾ ਹੀ ਲੈਂਦੇ ਆ। ਦੇਖੋ ਇੱਥੋਂ ਦੇ ਕਿਸਾਨ ਬਹੁਤ ਵਧੀਆ ਤਰੀਕਾ ਅਪਣਾਇਆ ਹੋਇਆ, ਦੇਖੋ ਮਤਲਬ ਬੋਰ ਬੋਰ ਦੀ ਵੀ ਲੋੜ ਨਹੀਂ, ਬੋਰ ਨਹੀਂ ਕੀਤਾ, ਸਿੱਧਾ ਪਾਣੀ ਦਰਿਆ 'ਚੋਂ ਖੇਤਾਂ 'ਚ ਸਿੰਚਾਈ ਵਾਸਤੇ ਯੂਜ਼ ਕਰਦੇ ਆ। ਇੰਜਣ ਲੱਗੇ ਹੋਏ ਆ, ਇੰਜਣ ਚਲਾ ਕੇ, ਕਿਉਂਕਿ ਇੱਧਰ ਬਿਜਲੀ ਬਿਜਲੀ ਦੀ ਬਹੁਤ ਕਮੀ ਆ, ਇਸ ਕਰਕੇ ਦਰਿਆ ਤੋਂ ਹੀ ਜ਼ਿਆਦਾਤਰ ਪਾਣੀ ਖਿੱਚਦੇ ਆ। ਦੇਖੋ ਆਹ ਮੋਟਰ ਲੱਗੀ ਹੋਈ, ਇਹ ਵੀ ਦਰਿਆ ਦਾ ਪਾਣੀ ਯੂਜ਼ ਕਰਦੇ ਆ। ਇੱਧਰ ਸਾਹਮਣੇ ਇਹ ਵੀ ਦਰਿਆ ਦਾ ਪਾਣੀ ਯੂਜ਼ ਕਰਦੇ, ਦੇਖੋ ਬੜੀ ਵਧੀਆ ਤਕਨੀਕ ਅਪਣਾਈ ਹੋਈ ਆ। ਲਓ ਜੀ ਆਹ ਹੈਗੇ ਆ ਸੌਂਫ, ਦੇਖੋ ਸੌਂਫ ਜਿਹੜੇ ਆਪਾਂ ਖਾਂਦੇ ਹਾਂ, ਆਹ ਲੱਗਦੇ ਆ ਬੂਟੇ ਨੂੰ। ਦੇਖੋ ਇੱਦਾਂ ਹੁੰਦਾ ਬੂਟਾ, ਕਿਆ ਬਾਤਾਂ ਨੇ, ਸੌਂਫ ਦੇ ਬੂਟੇ ਦੇਖ ਲਓ। ਕਿੱਡੇ ਕਿੱਡੇ ਬੂਟੇ ਆ, ਇਹ ਸਭ ਸੌਂਫ ਆ। ਦੇਖ ਲਓ ਲਓ ਜੀ ਆਹ ਲੱਗੇ ਹੋਏ ਆ ਸੌਂਫ ਵੀ, ਦੇਖ ਲਓ ਤੁਸੀਂ ਕਿੰਨੇ ਸੋਹਣੇ ਆ ਫੁੱਲਾਂ ਜਿਹਾ ਨੂੰ, ਅਲੱਗ ਅਲੱਗ ਫੁੱਲ ਲੱਗਿਆ ਦੇਖੋ ਸੌਂਫਾਂ ਦੇ। ਸੌਂਫ ਪੱਕ ਕੇ ਪੂਰੇ ਤਿਆਰ ਹੋ ਜਾਣਗੇ ਤਾਂ ਫਿਰ ਪੂਰੇ ਵਧੀਆ, ਜਿਹੜੇ ਆਪਾਂ ਬਾਜ਼ਾਰ 'ਚੋਂ ਖਰੀਦਦੇ ਹਾਂ ਇੱਦਾਂ ਬਣਦੇ ਆ, ਪੱਕ ਪੁੱਕ ਕੇ ਸੁੱਕ ਜਾਣਗੇ ਜਦੋਂ ਉਦੋਂ ਪੂਰੇ ਵਧੀਆ ਤਿਆਰ ਹੋ ਜਾਣਗੇ। ਦੇਖ ਲਓ ਆਹ ਬੂਟਾ ਸੌਂਫ ਦਾ। ਮਿੱਤਰੋ ਕੱਲ੍ਹ ਦਿਖਾਇਆ ਸੀ ਤੁਹਾਨੂੰ ਦਰਿਆ ਤੋਂ ਪਰਲੀ ਸਾਈਡ ਦਾ ਇਲਾਕਾ, ਅਤੇ ਅੱਜ ਆਪਾਂ ਆ ਗਏ ਦਰਿਆ ਤੋਂ ਉਰੇ।
ਆਪਾਂ ਪਹੁੰਚੇ ਹੋਏ ਹਾਂ ਪੰਜਾਬ ਫਾਜ਼ਿਲਕਾ ਦੇ ਆਖਰੀ ਪਿੰਡ 3 ਨੰਬਰ। ਇੱਥੇ ਬਣ ਰਿਹਾ ਵਾ ਪੁਲ, ਦਰਿਆ ਤੋਂ ਪਾਰ ਕਰਨ ਵਾਸਤੇ ਲੋਕਾਂ ਨੂੰ ਦਿੱਕਤ ਆਉਂਦੀ ਸੀ। ਪੁਲ ਬਣ ਰਿਹਾ ਬਹੁਤ ਤਕੜਾ ਅਤੇ ਆ ਰੱਖਿਆ ਹੋਇਆ ਨੀਂਹ ਪੱਥਰ, ਪੰਜਾਬ ਸਰਕਾਰ ਜਲ ਸਰੋਤ ਵਿਭਾਗ ਪੰਜਾਬ, ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਗੁਰਮੀਤ ਸਿੰਘ ਮੀਤ ਹੇਅਰ ਕੈਬਨਿਟ ਮੰਤਰੀ ਅਤੇ ਸ਼੍ਰੀ ਨਰਿੰਦਰਪਾਲ ਸਿੰਘ ਸਵਨਾ MLA ਹਲਕਾ ਫਾਜ਼ਿਲਕਾ ਜੀ ਨੇ ਨੀਂਹ ਪੱਥਰ ਰੱਖਿਆ ਜੀ। ਅਤੇ ਕੰਮ ਚੱਲ ਰਿਹਾ ਪੂਰਾ, ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਹੋ ਗਿਆ। 6-7 ਮਹੀਨਿਆਂ 'ਚ ਇਹ ਬਣੂਗਾ ਪੁਲ, ਕਾਫੀ ਤਕੜਾ ਪੁਲ ਬਣਨਾ, ਨਹੀਂ ਤਾਂ ਲੋਕ ਇੱਥੋਂ ਆਰ ਪਾਰ ਕਰਨਾ ਔਖਾ ਸੀਗਾ ਲੋਕਾਂ ਦਾ, ਫਾਜ਼ਿਲਕਾ ਨਾਲ ਅਟੈਚ ਹੋਣਾ। ਆਹ ਸਾਰਾ ਜਿਹੜਾ ਬੰਨ ਦੇਖ ਰਹੇ ਹੋ ਤੁਸੀਂ, ਇਹ ਜਾਂਦਾ ਅੱਗੇ ਸਿੱਧਾ, ਇੱਥੋਂ 1/2 ਕਿਲੋਮੀਟਰ ਪਾਕਿਸਤਾਨ ਦਾ ਬਾਰਡਰ ਆ, ਬਾਰਡਰ ਏਰੀਆ। ਅਤੇ ਜਿਹੜਾ ਤੁਹਾਨੂੰ ਪਹਿਲਾਂ ਵੀਡੀਓ ਦਿਖਾਈ ਉਹਦੇ 'ਚ ਲੱਕੜ ਦਾ ਪੁਲ ਬਣਿਆ ਹੋਇਆ, ਉੱਧਰੋਂ ਲੋਕ ਲੰਘ ਕੇ ਜਾਂਦੇ ਆ। ਇੱਧਰ ਹੈਗਾ ਸਾਰਾ ਪਿੰਡ ਬਾਰਡਰ ਦੇ ਉੱਤੇ, ਅਤੇ ਆਹ ਹੈਗਾ ਸਾਰਾ ਪਿੰਡ ਇੱਧਰ ਦੇਖੋ। ਦੇਖ ਲਓ ਬਾਰਡਰ ਦਾ ਏਰੀਆ, ਦੇਖੋ ਪੁਲ, ਤਕੜੀ ਤਕੜੀਆਂ ਮਸ਼ੀਨਾਂ ਲੱਗੀਆਂ ਹੋਈਆਂ, ਕੰਮ ਚੱਲ ਰਿਹਾ ਪੂਰਾ ਜ਼ੋਰਾਂ 'ਤੇ। 6-7 ਮਹੀਨੇ ਕਹਿੰਦੇ ਲੱਗ ਜਾਣੇ ਆ ਪੁਲ ਬਣਨ ਨੂੰ। ਦੇਖ ਲਓ ਦੂਰ ਦੂਰ ਤੱਕ ਉਹ ਜਿਹੜਾ ਬੰਨ ਬਣਿਆ ਹੋਇਆ ਵਾ ਮਿੱਟੀ ਦਾ, ਉੱਥੋਂ ਦੀ ਲੈ ਕੇ 100-200 ਮੀਟਰ ਦੇ ਏਰੀਏ 'ਚ ਇਹ ਪੁਲ ਬਣਨਾ। ਇਹ ਸਾਰਾ ਦਰਿਆਈ ਇਲਾਕਾ, ਜਿਹੜੀਆਂ ਫਸਲਾਂ ਹੋ ਗਈਆਂ ਨੇ ਇਹ ਵੀ ਦਰਿਆ ਦੇ ਵਿੱਚ ਹੀ ਹੈ। ਦੇਖੋ ਚੱਲ ਰਿਹਾ ਕੰਮ ਪੂਰੇ ਜ਼ੋਰਾਂ 'ਤੇ। ਜਿੱਥੇ ਆਪਾਂ ਫਿਰ ਰਹੇ ਹਾਂ ਵੀ ਦਰਿਆ ਵਿੱਚ ਹੀ ਆਉਂਦਾ ਸੀ ਇਲਾਕਾ, ਅਤੇ ਹੌਲੀ ਹੌਲੀ ਦਰਿਆ ਇੱਥੋਂ ਜਗ੍ਹਾ ਛੱਡ ਗਿਆ, ਜ਼ਮੀਨ ਲੋਕਾਂ ਨੇ ਖੇਤੀ ਕਰਨੀ ਸ਼ੁਰੂ ਕਰਤੀ। ਅਤੇ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਦਰਿਆ, ਇੰਨਾ ਕੁ ਦਰਿਆ ਰਹਿ ਗਿਆ ਹੁਣ ਬਸ, ਜਿਹੜਾ ਸਿੱਧਾ ਲੰਘਦਾ ਪਾਕਿਸਤਾਨ ਨੂੰ ਜਾਂਦਾ ਇਹ। ਦੇਖੋ ਪਹਿਲਾਂ ਲੋਕ ਆ ਕਿਸ਼ਤੀ ਨਾਲ ਆਰ ਪਾਰ ਕਰਦੇ ਸੀ, ਅਤੇ ਆਹ ਦੇਖ ਲਓ ਪਾਣੀ ਦਰਿਆ ਦਾ ਸਿੱਧਾ ਇਹ ਇੱਧਰ ਆਉਂਦਾ ਅਤੇ ਪਾਕਿਸਤਾਨ ਨੂੰ ਜਾਂਦਾ। ਇੱਧਰ ਹੈਗਾ ਸਾਰਾ ਪਾਕਿਸਤਾਨ ਦਾ ਏਰੀਆ, ਇੱਥੋਂ 1/2 ਕਿਲੋਮੀਟਰ ਹੈਗਾ ਪਾਕਿਸਤਾਨ ਦਾ ਬਾਰਡਰ, ਤਾਰਾਂ ਲੱਗੀਆਂ ਹੋਈਆਂ ਨੇ, ਅਤੇ ਆ ਇਹਦੇ ਨਾਲ ਨਾਲ ਮਿਲਟਰੀ ਦੀਆਂ ਚੈੱਕ ਪੋਸਟਾਂ ਬੰਨ ਦੇ ਨਾਲ ਨਾਲ ਬਣੀਆਂ ਹੋਈਆਂ। ਬੜੀ ਦੇਰ ਦਾ ਇਹ ਪੁਲ ਰੁਕਿਆ ਹੋਇਆ ਸੀ, ਅਤੇ ਆਮ ਆਦਮੀ ਪਾਰਟੀ ਆਉਣ 'ਤੇ ਕੋਸ਼ਿਸ਼ਾਂ ਕਰਕੇ ਪੂਰੀਆਂ ਇਹ ਪੁਲ ਬਣਾ ਰਹੇ ਭਗਵੰਤ ਮਾਨ ਦੀ ਅਗਵਾਈ 'ਚ। ਇਹ ਸਰਕਾਰ ਨੇ ਅਪਰੂਵਲ ਦਿੱਤੀ ਹੈ ਇਸ ਪੁਲ ਨੂੰ, ਲੋਕਾਂ ਦਿੱਕਤਾਂ ਜਿਹੜੀਆਂ ਸਾਰੀਆਂ ਦੂਰ ਹੋ ਜਾਣੀਆਂ। ਪਰ ਇੱਧਰ ਥੋੜ੍ਹੀ ਜਿਹੀ ਲਾਈਫ ਕਠਿਨ ਆ, ਲਾਸਟ ਪਿੰਡ ਆ ਇਹ ਫਾਜ਼ਿਲਕਾ ਦਾ ਬਾਰਡਰ 'ਤੇ, ਅਤੇ ਕਾਫੀ ਦਿੱਕਤਾਂ ਆਉਂਦੀਆਂ ਨੇ, ਰਾਤ ਨੂੰ ਆਉਣਾ ਜਾਣਾ ਬੰਦ ਆ। ਇੱਥੇ ਮੈਂ ਚੱਲ ਰਿਹਾ ਵਾਂ ਅਤੇ ਆਹ ਜਿਹੜੀ ਬਣਾਇਆ ਹੋਇਆ ਵਾ ਦੇਖੋ ਸੀਮੈਂਟ ਦਾ ਗੋਲਾ ਜਿਹਾ ਖੂਹੀ ਜੀ, ਇਹਨੂੰ ਪਾਉਣਗੇ ਵਿੱਚ ਜ਼ਮੀਨ ਦੇ ਹੌਲੀ ਹੌਲੀ ਥੱਲੇ। ਪੂਰੇ ਮਜ਼ਬੂਤ ਪੁਲ ਬਣਾ ਰਹੇ ਆ, ਬੜਾ ਤਕੜਾ ਪੁਲ ਬਣਨਾ ਇਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ
ये काम वधिया हो रहा, बड़ी देर तो कम रुकया होया सी। बाकी ये है बार्डर के पेंड, इतने लोगों का रात को 8 बजे 9 बजे तो बाद बाहर निकलना बंद आ। लो जी इदा यह खूह जी सिट देनी इन्होंने, मतलब कहण का भी देखो इदा मिट्टी हौली हौली कढ़ी जांदे आ ते जिहड़ा खूह थले जाई जांदी आ ते इदां ही उत्ते होर बना के प्लेटां ला के बनाई जांदे आ। जिदां खूह फिट कीती आ विच धरती ते इदां ही आ कर लईआं, देखो आ बाहर कढ़ी हुई आ ते हौली हौली विचों मिट्टी कढ़ी जाणगे ते थले जाई जूगी मशीन दे सहारे नाल। देखो एक बनना इत्थे विचाले, इक इह बन रिहा घट्टो घट 100-200 मीटर के करीब यह पुल बनना। लो जी आ है पिंड बार्डर ते जिहड़ा लास्ट पिंड 3 नंबर, देखो बिल्कुल बार्डर दे नाल तारां इत्थे नाल ही आ। ठीक है जी, मिलते हैं फिर किसी होर नवी वीडियो च, देख लो एक बारी होर व्यू सारा। Thank you.